ਦੀਆਂ ਆਸ਼ਕਾਂ ਦੀ ਦਾਸਤਾਨ ਅੱਜ ਕੱਲ੍ਹ ਵਾਲੇ ਮਿਰਜ਼ੇ ਨਹੀਂ ਜਿਹੜੇ ਕੰਨਾਂ ਟੱਪਣ ਵਾਲੇ ਮਿਰਜ਼ੇ ਨੇ ਇਹ ਸੱਚੀਆਂ ਆਸ਼ਕਾਂ ਦੀ ਕਹਾਣੀ ਹੈ ਅਤੇ ਬਾਲੀ ਜੱਟੀ ਅਲਮਰੂਫ ਦੀ ਸ਼ਾਲੀਮਾਰ ਦੀ ਦਾਸਤਾਨ ਪਹਿਚਾਣ ਜੱਟ ਮਿਰਜ਼ਾ ਸ਼ੁਰੂ ਕਰਨ ਲੱਗਿਆਂ ਕਿ ਸਾਬਾ ਸਿਆਲ ਦਾ ਵਿਆਹ ਆਇਆ ਅਤੇ ਸਾਬਾ ਸਿਆਲ ਨੇ ਖੱਤ ਲਿਖਿਆ ਮਿਰਜ਼ਿਆ ਉਦੋਂ ਆਵੇਂਗਾ ਜਦੋਂ ਚੰਦਰ ਚੰਦੜ ਮੈਨੂੰ ਵਿਆਹ ਕੇ ਲੈ ਜਾਣਗੇ ਫਿਰ ਤੇਰਾ ਕੀ ਫਾਇਦਾ ਆਉਣ ਦਾ ਜੱਟ ਮਿਰਜ਼ੇ ਨੂੰ ਖੱਤ ਮਿਲਿਆ ਅਤੇ ਜੱਟ ਮਿਰਜ਼ਾ ਆਪਣੀ ਬੱਕੀ 'ਤੇ ਬਹਿ ਕੇ ਨਾਨਕਿਆਂ ਦੇ ਸ਼ਹਿਰ ਵੱਲ ਮੂੰਹ ਕੀਤਾ ਅਤੇ ਗਿਆ ਵੇਖਿਆ ਸਾਬਾ ਸਿਆਲ ਚਬਾਰੇ ਵਿੱਚ ਬੰਨਦੇ ਸੋਚਿਆ ਕਿਵੇਂ ਲਾਵਾਂ ਅਤੇ ਯਾਦ ਆਇਆ ਬਚਪਨ ਵਿੱਚ ਇੱਕ ਯਾਰ ਬਣਿਆ ਸੀ ਲੁਹਾਰ ਉਹਦੇ ਕੋਲ ਜਾਣਾ ਵਾਂ ਉਹਨੂੰ ਆਨਾ ਵਾਂ ਕਿੱਲੀਆਂ ਬਣਾ ਦੇ ਜੱਟ ਮਿਰਜ਼ਾ ਗਿਆ ਬਾਹਰੋਂ ਕੁੰਡਾ ਖੜਕਿਆ ਅੰਦਰੋਂ ਲੁਹਾਰੀ ਦਾ ਦਿਲ ਧੜਕਿਆ ਜਾ ਕੇ ਵੇਖਿਆ ਦਰਵਾਜ਼ਾ ਖੋਲਿਆ ਜੱਟ ਦੀ ਪੂਣੀ ਪੂਣੀ ਜਿਹੜੀ ਮੁੱਛ ਪਾ ਪਾ ਦਾ ਡੇਲਾ ਲੁਹਾਰੀ ਵੇਂਦਿਆ ਸਾਰ ਆਸ਼ਕ ਹੋ ਗਈ ਲੁਹਾਰ ਨੂੰ ਪੁੱਛਿਆ ਇਹ ਕੌਣ ਹੈ ਲੁਹਾਰ ਕਹਿਣ ਲੱਗਾ ਮੇਰਾ ਯਾਰ ਹੈ ਜੱਟ ਮਿਰਜ਼ਾ ਆਖਿਆ ਇਹ ਕੀ ਲੈਣ ਆਇਆ ਹੈ ਆਖਿਆ ਮਿਰਜ਼ਾ ਕਿਵੇਂ ਆਇਆ ਹੈ ਆਖਿਆ ਯਾਰ ਤੇਰੇ ਨਾਲ ਇੱਕ ਕੰਮ ਪੈ ਗਿਆ ਸਾਬਾ ਸਿਆਲ ਚਬਾਰੇ ਵਿੱਚ ਬੰਨਦੇ ਉਹਨੂੰ ਲਾਣਾ ਦੋ ਚਾਰ ਕਿੱਲੀਆਂ ਬਣਾ ਦੇ ਜੱਟ ਮੰਜੀ 'ਤੇ ਬੈਠਾ ਗੱਲਾਂ ਕਰੀ ਜਾ ਰਿਹਾ ਯਾਰ ਅੱਧੀ ਰਾਤ ਦਾ ਟਾਈਮ ਹੈ ਨਾ ਕੋਈ ਲੋਇਆ ਨਾ ਕੋਈ ਲੈਣੀ ਨਾ ਦੇਣੀ ਤੈਨੂੰ ਕਿੱਲੀਆਂ ਕਿਵੇਂ ਬਣਾ ਦਿਆਂ ਲੁਹਾਰੀ ਨੇ ਖਿੱਚ ਕੇ ਮੂੰਹ 'ਤੇ ਗੱਫੜ ਮਾਰਿਆ ਆਖਿਆ ਇਸ ਯਾਰ ਦੀਆਂ ਬੜੀਆਂ ਗੱਪਾਂ ਮਾਰਦਾ ਸਾਂ ਮੇਰਾ ਯਾਰ ਮਿਰਜ਼ਾ ਅੱਜ ਆਇਆ ਤੇਰੇ ਕੋਲ ਕੋਈ ਲੋਇਆ ਨਹੀਂ ਆਖਿਆ ਕਿੱਥੇ ਹੀ ਲੋਇਆ ਆਖਿਆ ਉਹ ਮੇਰੀ ਨੌ ਸ਼ੇਰਾਂ ਦੀ ਕੜਾਈ ਪਈ ਆ ਤੋੜ ਕੇ ਜੱਟ ਨੂੰ ਕਿੱਲੀਆਂ ਬਣਾ ਦੇ ਜੱਟ ਕਿਹੜਾ ਰੋਜ਼ ਆਉਣਾ ਹੈ ਉੱਥੇ ਕਿੱਲੀਆਂ ਲੁਹਾਰ ਬਣਾਉਂਦਾ ਹੈ ਅਤੇ ਕਿਵੇਂ ਬਣਾਉਂਦਾ ਸੋਚੇ ਤੇ ਸਾਬਾ ਨਾਲ